ਉਹ ਜੇ ਤੁਸੀਂ ਚਲਾ ਰਹੇ ਹੋ ਮੈਂ ਬੱਸ 'ਤੇ ਆਉਣ ਲੱਗਾ ਵਾਂ। ਸੋ ਹਾਂਜੀ, ਕੀ ਹਾਲ ਚਾਲ ਸਾਰਿਆਂ ਦਾ? ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ। ਸੋ ਅੱਜ ਉਹ ਦਿਨ ਆ ਜਿਹਦਾ ਮੈਂ ਬਾਹਲਾ ਟਾਈਮ ਤੋਂ ਵੇਟ ਕਰਦਾ ਸੀਗਾ। ਸੋ ਆਪਾਂ ਅਪਲਾਈ ਕੀਤੀ ਸੀ ਆਪਣੀ ਮਸਟੈਂਗ ਦੀ ਕਸਟਮ ਨੰਬਰ ਪਲੇਟ, ਅਤੇ ਉਹ ਹੁਣ ਲਾ ਦੇਣੀਆਂ ਜਿਹੜੀਆਂ ਪਹਿਲਾਂ ਲੱਗੀਆਂ ਸੀ ਸਰਕਾਰੀ, ਅਤੇ ਹੁਣ ਆਪਾਂ ਆਪਣੀ ਜਿਹੜੀ ਕਸਟਮ ਅਪਲਾਈ ਕੀਤੀ ਸੀ। 5 ਆਪਸ਼ਨ ਦਿੰਦੇ ਹਾਂ ਆਪਾਂ, ਹੈ ਨਾ, ਜਿਹੜੇ ਦੇ ਸਕਦੇ ਹਾਂ। ਸੋ ਉਹ 'ਚੋਂ ਇੱਕ ਅਪਰੂਵਡ ਹੋ ਕੇ ਆ ਗਈ ਆ, ਤੁਹਾਨੂੰ ਦਿਖਾਉਂਦੇ ਹਾਂ ਅਤੇ ਲੈ ਕੇ ਜਾਂਦੇ ਹਾਂ ਜਿੱਥੇ ਆਪਾਂ ਇੰਸ਼ੋਰੈਂਸ ਵਾਲੀ ਜਗ੍ਹਾ 'ਤੇ ਜਾਣਾ। ਤੁਹਾਨੂੰ ਪ੍ਰੋਸੈਸ ਵੀ ਦੱਸ ਦੇਵਾਂਗੇ ਕੀ ਹੁੰਦਾ ਸਾਰਾ ਕੁਝ, ਇੱਕ ਦੋ ਕੰਮ ਪਹਿਲਾਂ ਹੈਗੇ ਨੇ ਉਹ ਵੀ ਨਿਬੇੜ ਲਵਾਂਗੇ। ਸੋ ਉਸ ਤੋਂ ਬਾਅਦ ਤੁਹਾਨੂੰ ਸਿੱਧਾ ਕਸਟਮ ਨੰਬਰ ਪਲੇਟ ਵਾਲੀ ਜਗ੍ਹਾ 'ਤੇ ਲੈ ਕੇ ਜਾਂਦੇ ਹਾਂ ਅਤੇ ਤੁਹਾਨੂੰ ਦਿਖਾਉਂਦੇ ਹਾਂ ਆਪਣੀ ਮਸਟੈਂਗ 'ਤੇ ਹੁਣ ਕੀ ਲੱਗੂਗਾ। ਠੀਕ ਹੈ ਜੀ, ਲਓ ਜੀ ਆਪਾਂ ਆ ਗਏ ਸਟ੍ਰੋਬਰੀ ਹਿੱਲ ਆਪਣੇ ਆਈਲੈਂਡ ਇੰਸ਼ੋਰੈਂਸ ਵਾਲਿਆਂ ਕੋਲ। ਪਤਾ ਹੀ ਹੋਣਾ ਸਰੀ ਵਾਲਿਆਂ ਨੂੰ, ਬਸ ਮੈਂ ਆਉਣ ਵਾਲੇ ਹੋਣੇ। ਓਕੇ ਪੁਰਾਣੀਆਂ ਨੰਬਰ ਪਲੇਟਾਂ ਜਿਹੜੀਆਂ ਸਰਕਾਰੀ ਲੱਗੀਆਂ ਉਹ ਲਾਉਣ ਦਾ ਟਾਈਮ ਆ ਗਿਆ। ਸਕਰੂ ਡਰਾਈਵਰ ਆਪਾਂ ਲੈ ਲਿਆ ਇੰਸ਼ੋਰੈਂਸ ਵਾਲਿਆਂ ਤੋਂ ਉਧਾਰੀ, ਅਤੇ ਬਸ ਉਹ ਲਾਉਣ ਲੱਗੇ ਨੇ। ਭਾਅ ਜੀ ਹੈਲਪ ਕਰ ਰਹੇ ਨੇ ਨੰਬਰ ਪਲੇਟ ਲਾਉਣ 'ਚ, ਅਤੇ ਲਓ ਜੀ ਜਿਹੜੀ ਪਹਿਲਾਂ ਆਈ ਸੀਗੀ ਉਹ ਉਤਰ ਗਈ ਹੈ। ਸੋ ਆਹ ਸੀਗੀ ਆਪਣੀ ਪਹਿਲੀ ਨੰਬਰ ਪਲੇਟ, ਹੈ ਨਾ, ਆਹ ਦੂਸਰੀ ਵੀ ਲੱਥਦੀ ਹੋਈ। ਪਹਿਲੇ ਕੰਮ ਫਿਰ ਪੇਮੈਂਟ। ਸੋ ਆ ਇਹਨਾਂ ਤੋਂ ਆਪਾਂ ਸਟ੍ਰੋਬਰੀ ਹਿੱਲ ਦੇ ਵਿੱਚ ਕਰਵਾਈ ਹੈ ਜੀ ਆਪਣਾ ਕਸਟਮ ਨੰਬਰ ਪਲੇਟ। ਪੁਰਾਣੀਆਂ ਨੰਬਰ ਪਲੇਟਾਂ ਆਪਾਂ ਮਤਲਬ ਕੱਢ ਕੇ ਉੱਚੋ ਫਰੇਮ 'ਚੋਂ ਇਹਨਾਂ ਨੂੰ ਕਰਤੀਆਂ ਵਾਪਸ। ਲਓ ਜੀ ਲੱਗਣ ਲੱਗਾ ਆਪਣੀ ਰਾਣੋ ਤੇ ਨੰਬਰ। ਸੋ ਆ ਮਿਲੀ ਜੀ ਆਪਾਂ ਨੂੰ ਨੰਬਰ ਪਲੇਟ, ਮਿਲੀ ਕੀ ਆਪਾਂ ਲਈ ਹੈ ਪੇ ਕਰਕੇ, ਹੈ ਨਾ, ਇਹਦੀ ਅਪਰੂਵਲ ਆਈ ਸੀਗੀ। ਸੋ ਪਹਿਲੇ ਇੱਕ ਦੋ ਨਾਮ ਹੋਰ ਪਏ ਸੀ ਉਹ ਡਿਨਾਈਡ ਹੋ ਗਏ, ਇਹਦੀ ਅਪਰੂਵਲ ਆਈ ਆ ਹੁਣ। ਸੋ ਆਹ ਲੱਗੂਗੀ ਹੁਣ ਆਪਣੀ ਮਸਟੈਂਗ 'ਤੇ। ਲਓ ਜੀ ਮੈਂ ਆਪਣੀ ਪਿਆਰੀ ਜੀ ਭੈਣ ਨੂੰ ਕਹਿਤਾ ਆਹ ਲਊਗੀ ਨੰਬਰ ਹੁਣ। ਇੱਕ ਤਾਂ ਇਹਦੀ ਆਹ ਚੀਜ਼ ਚੈੱਕ ਹੋਊਗੀ ਵੀ ਕਿੰਨੀ ਕੁ ਵੱਡੀ ਉਹ ਹੈਗੀ ਆਪਣਾ ਕੀ ਕਹਿੰਦੇ ਉਹ ਇਲੈਕਟ੍ਰੀਸ਼ੀਅਨ ਜੀ ਦੀ ਵਾਈਫ, ਇਹਨੂੰ ਆਉਂਦੇ ਪਾਨੇ ਪੂਨੇ ਕਸਨੇ, ਅੱਜ ਆਹ ਵੀ ਟੈਸਟ ਹੋ ਜਾਊਗਾ। ਵਾਹ ਗੁੱਸਾ ਕਰ ਗਈ ਹੈ,
ਜ਼ਮਾਨਾ ਇਲੈਕਟ੍ਰੀਸ਼ੀਅਨ ਤੋਂ ਪਹਿਲਾਂ ਮੈਂ ਇੱਕ ਫੌਜੀ ਦੀ ਕੁੜੀ ਆ। ਫੌਜੀਆਂ ਨੂੰ ਸਾਰੇ ਕੰਮ ਘਰੋਂ ਹੀ ਆਉਂਦੇ ਹੁੰਦੇ। ਸਹੀ ਗੱਲ ਆ, ਮਜਾਲ ਆ ਕਿ ਕੋਈ ਲੈਟ ਖਰਾਬ ਹੋ ਜਾਵੇ ਭਾਵੇਂ ਕੋਈ ਟੂਟੀ ਖਰਾਬ ਹੋ ਜਾਵੇ, ਮਜਾਲ ਆ ਕਿ ਬੰਦਾ ਬਾਹਰੋਂ ਹੋਊਗਾ ਕੁਝ ਕਰਨ, ਨਾ ਘਰੇ ਹੀ ਹੋਊਗਾ ਸੰਡੇ। ਨਾ ਪੈਸੇ ਦੇਈਦੇ ਆ, ਬਸ ਇੱਕ ਫੌਜੀ ਹੋਣਾ ਚਾਹੀਦਾ ਘਰੇ। ਤੇ ਫਿਨਿਸ਼ਿੰਗ ਟੱਚ ਫਿਰ ਆਫ ਕੋਰਸ ਵਾਈਫ ਦੀ ਹੈਲਪ ਕਰਨ ਲਈ ਭਾਜੀ ਆਉਣਗੇ। ਲੋ ਜੀ ਜੀ, ਆ ਆਪਣੀ ਲਿਸਟ ਹੁੰਦੀ ਹੈ ਨਾ, ਜਿਵੇਂ ਆਪਣਾ ਫਾਰਮ ਸੀਗਾ ਅਤੇ ਮਨਮੀਤ ਸਿੰਘ ਹੈ ਨਾ, ਆਹ ਆਪਾਂ ਪੰਜ ਆਪਸ਼ਨ ਦਿੰਦੇ ਹਾਂ ਆਪਣੇ। ਇੱਕ ਮੈਂ ਪਹਿਲਾਂ ਦਿੱਤਾ ਸੀਗਾ ਆਪਣਾ ਫੌਜੀ, ਉਹ 'ਚ ਆਪਾਂ ਐਕਸਪਲੇਨੇਸ਼ਨ ਵੀ ਕਰਦੇ ਹੁੰਦੇ ਵੀ ਕੀ ਹੈਗਾ ਹੈ ਨਾ, ਮਾਈ ਫਾਦਰਸ ਜੋਬ। ਦੂਜਾ ਹੈਗਾ ਜਲੰਧਰ ਮੇਰਾ ਹੋਮ ਸਿਟੀ, ਦੂਜਾ ਹੈਗਾ ਪੰਜਾਬ ਮੇਰੀ ਹੋਮ ਸਟੇਟ, ਦੂਸਰਾ ਵੀ ਪੰਜਾਬ ਦੂਸਰੇ 'ਚ ਕਿਹੜਾ ਬਣਾਇਆ ਹੈਗਾ ਨਾ ਮੇਰੀ ਹੋਮ ਸਟੇਟ, ਅਤੇ ਤੀਸਰਾ ਪੰਜਵਾਂ ਮੈਨੂੰ ਪਤਾ ਸੀ ਉੱਥੇ ਤੱਕ ਆਉਣਾ ਨਹੀਂ ਮੈਂ ਆਪਣਾ ਨਾਮ ਫਾਸਾ। ਸੋ ਆਪਾਂ ਨੂੰ ਪਹਿਲਾਂ ਹੀ ਚਾਹੀਦਾ ਸੀ ਅਤੇ ਪਹਿਲਾਂ ਹੀ ਮਿਲ ਗਿਆ ਆ। ਬਾਕੀ ਆਹ ਹੁੰਦਾ ਫੋਮ ਹੈ ਨਾ, ਆਪਾਂ ਆਪਣੇ ICBC ਤੋਂ ਕਿਤੋਂ ਵੀ ਕਰਵਾ ਸਕਦੇ ਹਾਂ। ਅਤੇ ਆਹ ਮੈਂ ਕਰਵਾਇਆ ਸੀਗਾ ਆਪਣਾ ਸਟ੍ਰੋਬਰੀ ਹਿੱਲ ਆਈਲੈਂਡ ਇੰਸ਼ੋਰੈਂਸ ਵਾਲਿਆਂ ਤੋਂ, ਤੁਸੀਂ ਕਿਤੋਂ ਵੀ ਕਰਵਾ ਸਕਦੇ ਹੋ, $100 ਲੱਗਦਾ ਆ ਹੈ ਨਾ। ਬਸ ਫਿਰ ਨੰਬਰ ਲਾ ਕੇ ਅਤੇ ਆਪਾਂ ਆ ਗਏ ਘਰੇ, ਅਤੇ ਮੈਨੂੰ ਤਾਂ ਇਸ਼ਕ ਜਿਹਾ ਹੋ ਗਿਆ ਆਪਣੀ ਨੰਬਰ ਪਲੇਟ 'ਤੇ ਗੱਡੀ ਨਾਲ, ਕਿੰਨੀ ਸੋਹਣੀ ਲੱਗਦੀ ਨਾ ਯਾਰ। ਨਾਲ ਯਾਰ ਪ੍ਰਾਊਡ ਜਿਹਾ ਬਹੁਤ ਫੀਲ ਹੁੰਦਾ ਵੀ ਆਪਣੇ ਡੈਡੀ ਜੀ ਦੀ ਜੋਬ ਸੀਗੀ, ਉਹਨਾਂ ਕਰਕੇ ਇੱਥੇ ਤੱਕ ਹੈਗੇ ਆ ਸਾਰਾ ਕੁਛ ਹੈ ਨਾ, ਬਹੁਤ ਪ੍ਰਾਊਡ ਫੀਲ ਹੁੰਦਾ ਉਸੇ ਕਰਕੇ, ਬਸ ਆਹ ਨੰਬਰ ਪਲੇਟ ਦਾ ਰੀਜ਼ਨ ਸੀਗਾ। ਅਤੇ ਵਲੋਗ ਨੂੰ ਕਰਦੇ ਹਾਂ ਐਂਡ, ਅਤੇ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਿਆ, ਕਿਵੇਂ ਦੀ ਨੰਬਰ ਪਲੇਟ ਲੱਗੀ ਹੈ ਨਾ, ਅਤੇ ਦੱਸਿਓ ਜ਼ਰਾ। ਓਕੇ ਜੀ, ਸਤਿ ਸ਼੍ਰੀ ਅਕਾਲ।